ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਾ ਵੀ ਇੱਧਰ ਦੇਖ ਇਹ ਕੇਕ ਖਾਣ ਲੱਗਿਆ ਕੇਕ ਪਤਾ ਕਿੱਥੋਂ ਆਇਆ ਕੁਛ ਨਹੀਂ ਹੁੰਦਾ ਚੱਲ ਆਪਾਂ ਨਹੀਂ ਦੱਸਦੇ ਕੇਕ ਕਿੱਥੋਂ ਆਇਆ ਠੀਕ ਆ ਅਯੂ ਵੀ ਕਿੱਦਾਂ ਕਹਿੰਦੇ ਲੰਚ ਬ੍ਰੇਕ ਚੱਲ ਰਹੀ ਆ ਠੀਕ ਆ ਮੈਂ ਤਾਂ ਸਪੈਸ਼ਲ ਆ ਯਾਰ ਤੇ ਅੱਜ ਯਾਰ ਹੁਣੀ ਲੋ ਜੀ ਸਾਡਾ ਸਕੂਲ ਓਵਰ ਹੋ ਚੁੱਕਿਆ ਹੈਗਾ ਤੇ ਹੁਣ ਚਲੋ ਜੀ ਘਰੇ ਬਾਕੀ ਵੈਦਰ ਦੇਖੋ ਤੁਸੀਂ ਅੱਜ ਕਿੰਨਾ ਘੈਂਟ ਹੋਇਆ ਪਿਆ ਐਂ ਸੋਚਦੇ ਸੀਗੇ ਵੀ ਘਰੇ ਜਾਣ ਤੋਂ ਪਹਿਲਾਂ ਇੱਕ ਵਾਰ ਹੈ ਨਾ ਕੇ ਐਫ ਸੀ ਜਾਂ ਮੈਕਡੀ ਜਾ ਜਾਈਏ ਕੁਛ ਖਾ ਪੀ ਜਾਈਏ ਸਵਾਦ ਲੈ ਲਈਏ ਐਂ ਫਿਰ ਧੁੱਪ ਦਾ ਆਨੰਦ ਮਾਣਦੇ ਇੱਥੇ ਠੀਕ ਆ ਮੇਰੀ ਕਲਾਸ ਸੀ ਪੋਰਟੇਬਲ 'ਚ ਅਤੇ ਪੋਰਟੇਬਲ ਤੋਂ ਬੈਕ ਸਾਈਡ ਹੀ ਨਿਕਲਿਆ ਹੈ ਅਤੇ ਉਹ ਵੀ ਆ ਗਿਆ ਬੰਦਾ ਆਪਣਾ ਅਤੇ ਬਾਕੀ ਅੱਜ ਪੱਗ ਥੋੜ੍ਹੀ ਜਿਹੀ ਸੈੱਟ ਨਹੀਂ ਬੰਨੀ ਗਈ ਹੈ ਨਾ ਉਹਦੇ ਕਰਕੇ ਥੋੜ੍ਹਾ ਜਿਹਾ ਲੱਗਦਾ ਹੋਊਗਾ ਬਾਕੀ ਆਹ ਜਿਹੜਾ ਲਾੜਾ ਹੈ ਨਾ ਇਹ ਮੇਰਾ ਲੜ ਛੋਟਾ ਰਹਿ ਗਿਆ ਸੀ ਫਿਰ ਬਾਅਦ 'ਚ ਮੈਂ ਇੱਥੇ ਕੱਪੜਾ ਲਾ ਕੇ ਉਹਦਾ ਲੜਦਾ ਹੈਗਾ ਬਾਕੀ ਜਦੋਂ ਸੂਰਜ ਨਿਕਲ ਆਉਂਦਾ ਨਾ ਕੈਨੇਡਾ ਚਮਕਣ ਲੱਗ ਜਾਂਦਾ ਇੰਨਾ ਸੋਹਣਾ ਲੱਗਦਾ ਨਾ ਗਰੀਨਰੀ ਬੜਾ ਘੈਂਟ ਲੱਗਦਾ ਆਹ ਵੀ ਸਾਡੇ ਸਕੂਲ ਦੇ ਪਿੱਛੇ ਹੀ ਜਗ੍ਹਾ ਦੇਖੋ ਡੂ ਨਾਟ ਫੀਡ ਦਾ ਬਰਡਸ ਓਕੇ ਆਹੀ ਦੇਖੋ ਨਾ ਕਹਿੰਦੇ ਡੂ ਨਾਟ ਫੀਡ ਦਾ ਬਰਡਸ ਮਤਲਬ ਉਹਨਾਂ ਨੂੰ ਫੀਡ ਨਾ ਕਰੋ ਅਤੇ ਫੀਡ ਕਰਨ ਆਈ ਕੀ ਤੂੰ ਹੈਗਾ ਤੈਨੂੰ ਸਿੜਦਾ ਵਿੱਚ ਉਹ ਬਾਹਲਾ ਡੂੰਘਾ ਨਹੀਂ ਹੈਗਾ ਨਾ ਉਹਦੇ ਉੱਚਾ ਜਿਹਾ ਹੀ ਆ ਉੱਥੇ ਕਿ ਜਾ ਕੇ ਹੋਊਗਾ ਡੂੰਘਾ ਪੱਕੀ ਗੱਲ ਚਾਲੇ ਉਹਨੇ ਉਹਦੇ ਪੈਪ ਪਿਆ ਯਾਰ ਇੰਨਾ ਡੂੰਘਾ ਨਹੀਂ ਹੈਗਾ ਉਹਦੇ ਜਾ ਕੇ ਦੇਖੀ ਵਿੱਚ ਕਾਹਨੂੰ ਕੱਪੜੇ ਗੰਦੇ ਹੋ ਜਾਣਗੇ ਅੱਜ ਤਾਂ ਪਾਏ ਵੀ ਫਾਰਮਲ ਹੋ ਗਿਆ ਜੀਨ ਜੂਨ ਪਾਈ ਸੀ ਅੱਜ ਤਾਂ ਬ੍ਰੋ ਪਤਾ ਵੀ ਲੱਗੇ ਵੀ ਕੱਪੜੇ ਨਵੇਂ ਲੈ ਕੇ ਨਹੀਂ ਐ ਤਾਂ ਚੇਂਜ ਕਰ ਲੈਂਦੇ ਐ ਤਾਂ ਦੋ ਦਿਨ ਇੱਕ ਪਾਉਂਦਾ ਮਜ਼ਾਕ ਕਰਦੇ ਸੀ ਤੇ ਬਾਕੀ ਚੱਲੀਏ ਬਸ ਲੈ ਖਾਈਏ ਭੁੱਖ ਲੱਗੀ ਆ ਚਲੋ ਲੈਟਸ ਗੋ ਤੇ ਅੱਜ ਚੱਲੀਏ ਤੇ ਬਾਕੀ ਦੋਸਤੋ ਕੈਨੇਡਾ ਬਾਰੇ ਤੁਹਾਨੂੰ ਦੱਸਦੇ ਹਾਂ ਦੱਸਣਾ ਚਾਹੁੰਦੇ ਹਾਂਜੀ ਮਿੱਤਰੋ ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਫੋਰਾਵਾਈਟ ਪਲੈਟਫਾਰਮ ਦੇ ਗੇਮ ਦੇ ਬਾਰੇ ਇੰਟਰੋਡਿਊਸ ਕਰਨਾ ਚਾਹੁੰਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਦੇ ਨਾਲ ਭਰਿਆ ਹੋਇਆ ਤੇ ਵੇਟ ਪਰਸਨ ਫੇਵਰੇਟ ਆ ਉਹਨਾਂ ਲਈ ਜਿਹੜਾ ਕਿ 3D ਐਕਸਪੀਰੀਅੰਸ ਕਰਨਾ ਚਾਹੁੰਦੇ ਆ ਐਵੀਏਟਰ ਤੇ ਦੂਸਰੀਆਂ ਗੇਮਾਂ ਦੇ ਵਾਂਗੂ ਜ਼ਿਆਦਾ ਕੰਪਲੈਕਸ ਵੀ ਨਹੀਂ ਹੈਗਾ ਤੇ ਬਹੁਤ ਹੀ ਜ਼ਿਆਦਾ ਈਜ਼ੀ ਆ ਤੇ ਫਿਰ ਰੈਡੀ ਹੋ ਜਾਓ ਐਵੀਏਟਰ ਦੇ ਨਾਲ ਉਡਾਨ ਭਰਨ ਦੇ ਲਈ ਤੇ ਉਚਾਈਆਂ ਨੂੰ ਛੂਣ ਲਈ ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਪਊਗਾ ਰਜਿਸਟਰਨ ਵੈਬਸਾਈਟ ਆ ਗਈ ਫੋਰਾਵੈਟ ਜਿਹੜਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆਗਾ ਤੇ ਰਜਿਸਟ੍ਰੇਸ਼ਨ ਦੇ ਨਾਲ ਜਦੋਂ ਪੈਸੇ ਡਿਪੋਜ਼ਿਟ ਕਰੋ ਤਾਂ ਤੁਹਾਨੂੰ ਬੋਨਸ ਨਾਲ ਦੀ ਨਾਲ ਮਿਲ ਜੂਗਾ ਤੇ ਮੈਂ ਇਹਦੇ 'ਚ ਡਿਪੋਜ਼ਿਟ ਕੀਤੇ ਹੈਗੇ 5000 ਰੁਪੀਸ ਤੇ ਮੈਂ ਹੁਣ ਇਹਦੇ 'ਚ ਲਾਉਣਾਗਾ 2000 ਰੁਪਏ ਦੀ ਬੈਟ ਤੇ ਦੇਖੋ ਤੁਸੀਂ ਪਲੇਨ ਆਪਣਾ ਆਰਡਰ ਹੈਗਾ ਓਹੋ ਇਸ ਵਾਰ ਮੇਰਾ ਲੱਕ ਕੰਮ ਨਹੀਂ ਕਰਿਆ ਹੈਗਾ ਚਲੋ ਅਗਲੀ ਵਾਰ ਹੁਣ ਆਪਾਂ ਦੁਬਾਰਾ ਟਰਾਈ ਕਰਦੇ ਹਾਂ ਤੇ ਮੈਂ ਵੇਟ ਕਰ ਰਿਹਾ ਹਾਂਗਾ ਹਾਈ ਆਰਡਰਸ ਲਈ ਤੇ ਮੈਂ ਸਹੀ ਟਾਈਮ ਦੇਖ ਕੇ ਕੈਸ਼ ਆਊਟ ਦੇ ਬਟਨ ਤੇ ਕਲਿੱਕ ਕਰ ਦੇਣਾ ਹੈਗਾ ਤੇ ਆਹ ਮੈਂ ਹੁਣ ਕੈਸ਼ ਆਊਟ ਦੇ ਬਟਨ ਤੇ ਕਲਿੱਕ ਕਰਤਾ ਤੇ ਆਹ ਦੇਖ ਲਓ ਤੁਸੀਂ ਆਪਾਂ ਜਿੱਤ ਕੇ ਆਗੇ 23,330 ਰੁਪੀਸ ਫੋਰਾ ਬੈਟ ਤੇ ਵਿਡਰਾਅ ਕਰਨਾ ਬਹੁਤ ਹੀ ਆਸਾਨ ਹੈਗਾ ਅਮਾਊਂਟ ਐਂਟਰ ਕਰਕੇ ਵਿਡਰਾਅ ਬਟਨ ਤੇ ਕਲਿੱਕ ਕਰਨਾ ਹੈਗਾ ਤੇ ਨਾਲ ਦੀ ਨਾਲ ਹੀ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ ਤੇ ਆਹ ਦੇਖੋ 20,000 ਮੇਰੇ ਅਕਾਊਂਟ ਦੇ ਵਿੱਚ ਆ ਗਿਆ ਉਹਦੇ ਨਾਲ ਨਾਲ ਹੀ ਫੋਰਾ ਬੈਟ ਨੇ ਟੂਰਨਾਮੈਂਟ ਵੀ ਚਲਾਇਆਗਾ 100 ਮਿਲੀਅਨ ਰੁਪੀਸ ਤਾਂ ਤੁਸੀਂ ਜਿੱਤ ਸਕਦੇ ਹੋ BMW Z4 ਬਹੁਤ ਸਾਰੇ ਹੋਰ ਇਨਾਮ ਕਾਰ ਸਮਾਰਟਫੋਨ IPL ਟਿਕਟਸ ਤੇ ਹੋਰ ਬਹੁਤ ਕੁਝ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਲਿੰਕ ਦਿੱਤਾਗਾ ਤੇ ਪੂਰੇ ਪ੍ਰੋਸੈਸ ਨੂੰ ਤੁਹਾਨੂੰ ਫੋਲੋ ਕਰਨਾ ਪੈਣਾਗਾ ਲੋ ਜੀ ਆ ਗਏ ਅਸੀਂ ਮੈਕਡੀ ਤੇ ਅਸੀਂ ਆਰਡਰ ਦਿੱਤਾ ਸੀਗਾ 2 ਮੀਲ ਕਰਾਈਆਂ ਹੈ ਨਾ ਸੈੱਟ ਆ ਕੰਮ ਜਮਾਂ ਅਤੇ ਬਸ ਖਾਣ ਪੀਣ ਨੂੰ ਲੈ ਲਈਏ ਅੱਜ ਇੱਥੇ ਆਹ ਚੱਲਦਾ ਗਾ ਦੇਖੋ ਤੁਸੀਂ ਹੁਣ ਮੈਕਡੀ ਵਾਲੇ ਨੇ ਅਤੇ ਇਹਨਾਂ ਨੇ ਲਿਖ ਕੇ ਲਾਇਆ ਵੀ ਥੈਂਕ ਯੂ ਸਾਰਿਆਂ ਦਾ ਕਰਦੇ ਆ ਜਿਹੜੇ $2 ਦਾ ਡੋਨੇਸ਼ਨ ਕਰਦੇ ਆ ਦੇਖੋ ਵੀ ਕੈਨ ਦਾ ਲਿਖ ਕੇ ਲਾਇਆ ਵੀ $2 ਦਾ ਡੋਨੇਸ਼ਨ ਕਰੋ ਸਾਡੇ ਕੋਲ ਪੂਰੇ ਪੂਰੇ ਪੈਸੇ ਸੀਗੇ ਮਤਲਬ ਮੇਲ ਕਰਾ ਲਈਆਂ 2 ਅਤੇ ਬਾਕੀ ਤੁਸੀਂ ਵੀ ਹੈ ਨਾ ਚਾਹੁੰਦੇ ਹੋ ਤਾਂ ਕਰਾ ਦਿਓ ਆਪਾਂ ਅਤੇ ਬਾਕੀ ਔਡਰ ਰਿਸੀਵ ਕਰ ਲਈਏ ਅਤੇ ਫਿਰ ਚੱਲਦੇ ਹਾਂ ਹਾਂਜੀ ਮਿੱਤਰੋ ਉੱਤੇ ਅਸੀਂ ਖਾ ਪੀ ਲਏ ਅਤੇ ਹੁਣ ਫ੍ਰੀ ਬੈਠੇ ਜੀ ਪਹਿਲੀ ਹੁਣ ਚੱਲਦੇ ਹਾਂ ਬਸ ਹੌਲੀ ਹੌਲੀ ਕਰਨ ਦੇਖੋ ਤੁਸੀਂ ਗਾਹ ਫਸ ਛੱਡਿਆ ਮੁੰਡਿਆਂ ਨੇ ਆਹ ਦੇਖਿਓ ਫਾਰਮਿੰਗ ਸਿਮੂਲੇਟਰ ਖੇਡਦਾ ਗਾ ਯਾਰ ਟਰੈਕਟਰਾਂ ਨਾਲ ਖੇਡਣਾ ਮੈਂ ਚੱਕ ਚੱਲੀਏ ਆਪਾਂ ਫਿਰ ਚੱਲਦੇ ਹਾਂ ਨਾ ਟਾਈਮ ਵਾਲਾ ਹੋ ਗਿਆ ਕਿੰਨੇ ਵੱਜ ਗਏ ਤੇ ਲਓ ਜੀ ਘਰੇ ਆ ਗਏ ਆਪਾਂ ਤੇ ਬਾਕੀ ਹੁਣ ਮੈਂ ਲੱਗਿਆ ਵਲੌਗ ਐਡਿਟ ਕਰਨ ਮੈਂ ਤਾਂ ਜੀ ਵਲੌਗ ਐਡਿਟ ਕਰ ਰਿਹਾ ਸੀਗਾ ਬਾਕੀ ਚਾਚੇ ਦਾ ਫੋਨ ਆਇਆ ਕਹਿੰਦਾ ਬਾਹਰ ਜਾ ਕੇ ਘਾਹ ਕੱਟ ਦੇ ਤੁਹਾਨੂੰ ਪਰਨਾ ਪੁਰਨਾ ਬੰਨ ਲਈਏ ਪਰਨਾ ਬੰਨ ਕੇ ਜਾਣਾ ਬਾਹਰ ਲੈਣਾ ਗਰਾਸ ਨੂੰ ਕਟਿੰਗ ਕਰੀਏ ਅੱਜ ਘਾਹ ਕੱਟਣ ਲੱਗੇ ਸੀਗੇ ਤੇ ਦੇਖੋ ਇੰਨਾ ਤਾਂ ਕੱਟਤਾ ਆ ਰਹਿ ਗਿਆ ਥੋੜ੍ਹਾ ਜਿਹਾ ਠੀਕ ਆ ਤੇ ਇਹਨੂੰ ਦੱਬ ਕੇ ਹੋ ਜਾਂਦੀ ਆ ਸਟਾਰਟ ਮਤਲਬ ਖਿੱਚ ਕੇ ਹੁੰਦੀ ਸਟਾਰਟ ਤਾਂ ਹਲੀਨ ਸਟਾਰਟ ਕਰੀ
ਆਜਾ ਜ਼ੋਰ ਤਾਂ ਲਾ ਕੇ ਦੇ ਹਾਂ ਆਪਾਂ ਦੱਬ ਲਿਆ ਠੀਕ ਆ ਇਹਦੇ ਨਾਲ ਬੰਦ ਹੋ ਜਾਂਦਾ ਜੇ ਆਪਾਂ ਛੱਡ ਦਿੰਨੇ ਆ ਡਨ ਤੇਰਾ ਕੰਮ ਖਤਮ ਹੋ ਗਿਆ ਵੈਰੀਆ ਹੁਣ ਤੈਨੂੰ ਖੜਾਇਆ ਹੀ ਅੰਦਰ ਬੈਡ ਬੋਏ ਤੇ ਦੇਖੋ ਇਹਨੇ ਮਿੰਟੋ ਮਿੰਟ ਲਾ ਕੇ ਮਾਰਿਆ ਜ਼ੋਰ ਬਹੁਤ ਲਾ ਦੇ ਇਹਨੂੰ ਧੱਕਣ 'ਚ ਕਿਉਂਕਿ ਮੈਂ ਪਾਇਆ ਸੀ ਤੀਜੀ ਗਲੀ ਦੇ ਵਿੱਚ ਜੇ ਕਿਤੇ ਪਹਿਲੀ ਪੂਲੀ 'ਚ ਹੋਵੇ ਨਾ ਫਿਰ ਤਾਂ ਨਹੀਂ ਤੁਰਦਾ ਫਿਰ ਤਾਂ ਟਾਈਟਰ ਨਾ ਖਿੱਚਣਾ ਪਊ ਤਾਂ ਇਹਨੂੰ ਅੰਦਰ ਲਾਇਆ ਹੀ ਆ ਸਾਫ਼ ਕਰਕੇ ਆ ਕੱਢਣਾ ਪੈਣਾ ਦਾ ਇਹ ਇੱਦਾਂ ਨਿਕਲਣ ਦਾ ਅਤੇ ਹੁਣ ਆਪਾਂ ਉਹਦੇ ਵਿੱਚ ਪਾ ਦੇਣਾ ਬੈਡ ਬੋਏ ਨੂੰ ਆਪਾਂ ਅੰਦਰ ਰੱਖਤਾ ਅਤੇ ਹੁਣ ਆਪਾਂ ਚੱਲਦੇ ਹਾਂ ਅਤੇ ਪਾਣੀ ਪੂਣੀ ਪੀ ਲਈਏ ਫਿਰ ਆਹ ਦੇਖੋ ਤੁਸੀਂ ਪਿੱਛੇ ਵੀ ਮੈਂ ਕੱਟ ਗਿਆ ਹੈ ਨਾ ਪੂਰਾ ਵਧੀਆ ਹੁਣ ਬਣ ਗਈ ਗੱਲਬਾਤ ਹੈਲੋ ਹਾਊ ਆਰ ਯੂ ਹਾਂ ਮੈਂ ਨਹੀਂ ਤੁਹਾਡੇ ਨਾਲ ਜਾਂਦਾ ਤੁਸੀਂ ਕਰੋ ਰਾਈਟ ਮੇਰਾ ਕੰਮ ਡਨ ਹੋ ਗਿਆ ਹੁਣ ਮੈਂ ਜਾਂਦਾ ਅੰਦਰ ਜੋਰੇ ਨਾ ਇੱਕ ਦਿਨ ਫੋਟੋ ਕਰਾ ਕੇ ਗਏ ਸੀਗਾ ਕੋਈ ਇਹ ਖੁਸ਼ ਬਹੁਤ ਹੋਇਆ ਹੈ ਨਾ ਜੋਰੇ ਵੀਰੇ ਤੈਨੂੰ ਵਧੀਆ ਲੱਗਿਆ ਓਕੇ ਅਤੇ ਦੋਨੇ ਚੈਨਲਾਂ ਦਾ ਵਲੋਗ ਐਡਿਟ ਕਰਕੇ ਅਤੇ ਫਿਰ ਅਪਲੋਡ ਕਰ ਦਈਏ ਅਤੇ ਫਿਰ ਰਾਤ ਨੂੰ ਸੌਵਾਂਗੇ ਨਾ ਆਰਾਮ ਨਾਲ ਕੱਲ੍ਹ ਸਕੂਲ ਜਾਣਾ ਗਾ ਟਾਈਮ ਨਾਲ ਉੱਠ ਖੜਾਂਗੇ ਅੱਜ ਮੈਂ ਲੇਟ ਹੋ ਗਿਆ ਸੀਗਾ ਘਰੋਂ ਗਾਲਾਂ ਵਾਲੀਆਂ ਪਈਆਂ ਅਤੇ ਬਾਕੀ ਚਲੋ ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਮੈਨੂੰ ਲੱਗਦਾ ਇਹ ਵਲੋਗ ਛੋਟਾ ਹੈਗਾ ਬਟ ਕੋਈ ਚੱਕਰ ਨਹੀਂ ਗਾ ਹੁਣ ਡੇਲੀ ਪਾਉਣਾਗੇ ਇਹਦੇ ਕਰਕੇ ਹੈ ਨਾ ਵਲੋਗ 'ਚ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਗਾ ਅਤੇ ਬਾਕੀ ਸਪੋਰਟ ਦਿਖਾਓ ਤੁਸੀਂ ਇਸ ਚੈਨਲ 'ਤੇ ਵੀ ਮੈਨੂੰ ਵਧੀਆ ਲੱਗਿਆ ਇਹ ਚੈਨਲ ਵੀ ਵਧੀਆ ਗਰੋ ਹੋ ਰਿਹਾ ਹੈਗਾ ਯਾਨੀ ਕਿ ਤੁਸੀਂ ਵਲੋਗ ਦੇਖਣਾ ਚਾਹੁੰਦੇ ਹੋ ਇੱਥੇ ਦੇ ਅਤੇ ਮੈਂ ਹੁਣ ਰੋਜ਼ ਰੈਗੂਲਰ ਇਹਦੇ 'ਤੇ ਵੀ ਵਲੋਗ ਪਾਇਆ ਕਰਨੇ ਆ ਅਤੇ ਕੱਲ੍ਹ ਵਲੋਗ ਨਹੀਂ ਪਿਆ ਹੈਗਾ ਮਤਲਬ ਕੱਲ੍ਹ ਨਹੀਂ ਸੋਰੀ ਜਿੱਦਣ ਮੈਂ ਇੱਕ ਦਿਨ ਸਟੋਰੀ ਪਾਈ ਸੀਗੀ ਅਤੇ ਉਸ ਦਿਨ ਵਲੋਗ ਨਹੀਂ ਪਿਆ ਸੀਗਾ ਕਿਉਂਕਿ ਉਹਦੇ 'ਚ ਕੋਈ ਪ੍ਰੋਬਲਮ ਆ ਗਈ ਸੀਗੀ ਫਿਰ ਮੈਂ ਉਹ ਵਲੋਗ ਜਦੋਂ ਐਡਿਟ ਕਰ ਰਿਹਾ ਸੀਗਾ ਅਤੇ ਦੁਬਾਰਾ ਐਡਿਟ ਕਰ ਰਿਹਾ ਸੀਗਾ ਫਿਰ ਯਾਰ ਐਡਿਟ ਕਰਦੇ ਕਰਦੇ 3-4 ਵੱਜ ਗਏ ਸੀ ਰਾਤ ਦੇ ਫਿਰ ਮੈਨੂੰ ਨੀਂਦ ਆ ਗਈ ਇੱਕਦਮ ਮੈਨੂੰ ਪਤਾ ਨਹੀਂ ਲੱਗਿਆ ਮੈਂ ਸਵੇਰੇ ਉੱਠ ਕੇ ਫੋਨ ਦੇਖਿਆ ਵੀ ਹੈ ਨਾ ਸਾਈਡ 'ਤੇ ਪਿਆ ਗਾ ਵੀ ਮੈਂ ਕਰਨਾ ਭੁੱਲ ਗਿਆ ਵਲੋਗ ਅਪਲੋਡ ਅਤੇ ਚਲੋ ਕੋਈ ਨਾ ਅਤੇ ਇੱਦਾਂ ਹੀ ਵਲੋਗ ਆਉਂਦੇ ਰਹਿਣਗੇ ਸਪੋਰਟ ਕਰਦੇ ਰਹੋ ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਓਕੇ ਬਾਏ ਬਾਏ